ਸਤਿ ਸ੍ਰੀ ਅਕਾਲ ਵੀਰ ਜੀ, ਮੈਂ ਥਾਰਾ ਗੱਲਾਂ ਗਲਾਕੜ ਪਰਮਜੀਤ ਲਾਡਾ ਔਰ 25 ਤਰੀਕ ਦੀਆਂ ਖਬਰਾਂ ਲੈ ਕੇ ਹਾਜ਼ਰ ਹੋ ਲਿਆ। ਅੱਜ ਵੀਰ ਪਹਿਲੀ ਬੜੀ ਖਬਰ, ਜੋ ਕਾਂਗਰਸ ਕੇ ਇੱਕ ਹੋਰ ਵਿਧਾਇਕ ਨੇ ਇਹ ਬਿਆਨ ਦੇ ਦਿਆ, ਕਿਹਾ 2022 ਕੇ ਵਿੱਚ ਮੈਂ ਕਾਂਗਰਸ ਨੂੰ ਪੱਗ ਭੁਗਤਣਾ ਪਵੇਗਾ, ਜੋ ਨਤੀਜਾ। ਸਿੱਧੂ ਵਾਲੇ ਨੇ ਜੋ ਜਾ ਕੇ ਪੰਜਾਬ ਪੁਲਿਸ ਤੇ ਮੰਗ ਲਈ ਮਾਫ਼ੀ, ਕਿਹਾ ਇਹ ਬੰਦੂਕਾਂ ਵਾਲੇ ਗਾਣੇ ਨਹੀਂ ਗਾਉਂਦਾ। ਔਰ ਦਿੱਲੀ ਵਿਧਾਨ ਸਭਾ ਵਿੱਚ ਅਕਾਲੀਆਂ ਨੇ ਕੱਲ੍ਹ ਮੀਟਿੰਗ ਕਰੀ ਸੀ, ਰਿਜ਼ਲਟ ਤੋਂ ਕਿਆ ਨਿਕਲਣਾ ਆਪ ਸਮੇਂ ਕਹਿ ਵੀਰ, ਤੂੰ ਤੂੰ ਮੈਂ ਹੋ ਗਏ। ਲੁਧਿਆਣੇ ਵਿੱਚ ਮੈਂ ਆਧੁਨਿਕ ਬੁੱਚੜਖਾਨੇ ਦਾ ਉਦਘਾਟਨ, ਇਹ ਬੀਬੀ ਹਰਸਿਮਰ ਕੌਰ ਬਾਦਲ ਦਾ ਬਿਆਨ। ਮਜੀਠਿਆ ਕੇ ਵਿਅੰਗ ਵਾ ਭੜਕਿਆ, ਯੋ ਆਸੂ ਵਹੀ ਜਿਹੜਾ ਪਹਿਲਾਂ ਭੈਣ ਜੀ ਭੂਣ ਜੀ ਪਰ ਵੀ ਕਾਫੀ ਗੱਲਾਂ ਬਾਲ ਬੋਲ ਰਹੇ ਕਰਕਾ ਵਿਵਾਦਾਂ ਮ ਰਹੇ ਤਾ। ਔਰ ਪੰਜਾਬ ਕਾ ਡੀ ਪੰਜਾਬ ਪੁਲਿਸ ਨੇ DSP ਅਤਲ ਸੋਨੀ ਨੂੰ ਯੋ ਮਤਲਬ ਸਸਪੈਂਡ ਕਰਨ ਦੀ ਸਿਫਾਰਿਸ਼ ਕਰੀਗਾ। ਤਾਰੋ ਇਹ ਬੰਦੇ ਨੇ ਜਨਾਨੀਆਂ ਬੰਦੂਖਾਂ ਕੱਢਾ। ਯੋ ਵੀਰ ਅੱਜ ਕਿਆ ਬੜੀਆਂ ਖਬਰਾਂ ਹੋਰ ਵੀ ਤੁਹਾਨੂੰ ਸੁਣਾਵਾਂਗਾ। ਪਹਿਲਾਂ ਬੜੀ ਖਬਰ ਕੇ ਪਰਚੇ ਲਾ ਜਿਹੜੀ ਨਿਕਲ ਕੇ ਆ ਰਹੀ ਦਿੱਲੀ ਤੇ। ਪਰ ਵੀਰ ਕੱਲ ਦਿੱਲੀ ਦੇ ਵਿੱਚ ਮੈਂ ਪੰਜਾਬ ਇਕਾਈ ਵਾਲੇ ਤੋਂ ਨੀ, ਖੈਰ ਦਿੱਲੀ ਇਕਾਈ ਵਾਲੇ ਨੇ ਬੈਠ ਕੇ ਰਲਕਾ ਯੋ ਸਾਰੇ ਜਿਤਨੇ ਬੰਦੇ ਨੇ ਇਹਨਾਂ ਨੇ ਕਰੀ ਮੀਟਿੰਗ। ਮਨਜਿੰਦਰ ਸਿਰਸਾ ਬਣਾਇਆ ਇਹ ਮੀਟਿੰਗ ਲੰਬੜਦਾਰ, ਔਰ ਬਾਤਾਂ ਚੀਤਾਂ ਚੱਲੀਆਂ। ਮੀਟਿੰਗ ਖਤਮ ਹੋਣ ਦੇ ਬਾਅਦ ਸਿਰਸਾ ਕਹਿ ਰਿਹਾ ਕਾ ਗੱਠਜੋੜ ਨੂੰ ਲੇਗਾ ਕੋਈ ਫੈਸਲਾ ਹੀ ਨਹੀਂ ਹੋਇਆ ਵੀਰ। ਔਰ ਕਹਾ ਫੈਸਲਾ ਤੋਂ ਹਾਈ ਕਮਾਂਡ ਕੇ ਉੱਪਰ ਛੱਡਤਾ। ਹਾਈ ਕਮਾਂਡ ਕੌਣ? ਯੋ ਬਾਪੂ ਪ੍ਰਕਾਸ਼ ਬਾਦਲ ਕਾ ਛੋਕਰਾ ਸੁਖਬੀਰ ਬਾਦਲ। ਇਹ ਫੈਸਲਾ ਲੈ ਕੇ ਆ ਸਕਦੇ ਤੇ ਵੀਰ ਲੈ ਨਹੀਂ ਸਕਦੇ ਤੇ, ਕਿਉਂਕਿ ਸੁਖਬੀਰ ਬਾਦਲ ਕੀ ਧਰਮ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਮੋਦੀ ਕੈਬਨਿਟ ਕੇ ਵਿੱਚ ਮੈਂ ਕੈਬਨਿਟ ਕੀ ਕੁਰਸੀ ਪਰ ਬੈਠੀ। ਇਹ ਸਿਰਸਾ ਕਿਸ ਤਰ੍ਹਾਂ ਕਹਿੰਦਾ ਆਪਾਂ ਨਿਊ ਕਰ ਦੇਂਗੇ ਕਹਿ ਨਹੀਂ ਸਕਦਾ ਵੀਰ। ਰਿਸ਼ੀ ਕਰਕਾ ਯੋ ਸੂਤਰਾਂ ਨੇ ਜਿਹੜੀ ਮੈਨੂੰ ਜਾਣਕਾਰੀ ਦਈ, ਵਾਹ ਕਹਿ ਰਹੇ ਵੀਰ ਅਕਾਲੀ ਮੈਂਬਰ ਤੋਂ ਕਹਿ ਆਪ ਸਮੇਂ ਲੜ ਪਏ ਉਥਾ ਮੀਟਿੰਗ ਦਾ ਰਿਜ਼ਲਟ ਨੇ। ਯੋ ਤੋਂ ਬਾਅਦ ਮੈਂ ਰਹੀ ਗੱਲ, ਯੋ ਅੱਧੇ ਕਹਿ ਰਹੇ ਕਹਾ ਥਾਂ BJP ਦਾ ਸਾਥ ਦਿਓ, ਕਿਆ ਥਾਰੀ ਮੱਤ ਮਾਰੀ ਗਈ। ਅੱਧੇ ਕਹਿ ਰਹੇ ਲੈ ਕੋਈ ਲੋੜ ਨੀ ਕਹਾ ਇਹਨਾਂ ਨੂੰ, ਕਹਾ ਸਾਥ ਸੂਤ ਦੇਣੇ ਦੀ। ਕਹਾ ਯੋ ਆਪ ਸਮੇਂ ਇਹਨਾਂ ਕੀ ਤੂੰ ਮੈਂ ਹੋਊਗੀ, ਉਹ ਤੋਂ ਕਹਿ ਡਾਂਗਾ ਸੋਟੇ ਨੀ ਖੜ ਕੇ ਵੀਰ। ਯੋ ਬਾਤਾਂ ਬਾਹਰ ਨਿਕਲ ਗਈਆਂ, ਗਾਈ ਕੇ ਮੈਂਬਰ ਕਹਿ ਰਹੇ ਯੋ ਫੈਸਲੇ ਕੇ ਸਾਰ ਕਹਾ ਤੁਹਾਨੂੰ ਨੀ ਪਤਾ ਅੱਗਾ ਕਹਾ ਗੁਰਦੁਆਰੇ ਕੇ ਵੋਟਾਂ ਆ ਗਈਆਂ। ਯੋ ਗੁਰਦੁਆਰਾ ਪ੍ਰਬੰਧਕ ਕਮੇਟੀ ਵੋਟਾਂ ਪੈਣੀਆਂ, ਕਹਾ ਫੇਰ ਦੇਖਿਆ ਹੱਥ ਲਾ ਲਾ ਕਿਆ ਬਣ ਗਿਆ। ਇਸੀ ਕਰਕੇ ਕਹਿ ਰਹੇ ਵੀ ਥੰਮ BJP ਕਾ ਸਾਥ ਦੋ, ਅੱਧੇ ਕਹਿ ਰਹੇ ਲੋੜ ਨੀ। ਯੋ ਆਪਸ ਮੈਂ ਤੂੰ ਮੈਂ ਹੋਊਗੀ। ਯਾਰ ਵੀਰ ਯੋ 8 ਫਰਵਰੀ ਦਿੱਲੀ ਮਾ ਪੈਣੀਆਂ ਵੋਟਾਂ, ਅਕਾਲੀ ਦਲ ਇਸਨੇ ਯੋ ਗੱਠਜੋੜ ਕਰਿਆ, BJP ਵਾਲੇ ਕਹਿ ਰਹੇ ਮਨ ਲੋੜ ਨੀ। ਯੋ ਕਹਿ ਰਹੇ ਮਨ ਤੋਂ ਜੋ ਚਟਾਲੇ ਕੇ ਛੋਕਰੇ ਦੀ ਲੋੜ ਨੀ, ਜਿਸਕੇ ਗੱਲ ਮਾਨੇ ਹਰਿਆਣੇ ਮੈਂ ਸਰਕਾਰ ਬਣਾਈ ਵੀ ਤੁਹਾਨੂੰ ਤਾਂ ਦੇ ਕਿੱਥੇ ਦੇਂਗੇ ਸੀਟਾਂ। ਔਰ ਇਸੀ ਕਰਕੇ BJP ਦਾ ਗੱਠ ਤੋੜ ਤਿਆ। ਸੁਖਬੀਰ ਬਾਦਲ ਦੀ ਪ੍ਰਧਾਨਗੀ ਵਿੱਚ ਮੈਂ ਮੀਟਿੰਗ ਕਹਿ ਹੋਣੀ ਇੱਕ ਹੋਰ, ਔਰ ਮੀਟਿੰਗ ਦੇ ਬਾਅਦ ਕਹਿ ਅਕਾਲੀ ਲੀਡਰ ਕਹਾ ਫਿਰ ਕਰੇਂਗੇ ਫੈਸਲਾ ਵੀ ਕਿਆ ਕਰਨਾ। ਯੋ ਬਸੀ ਵਾਲਾ ਚੀਮਾ ਯੋ ਕਹਿ ਰਿਹਾ ਵੀ ਯੋ ਉਸਨੇ ਦੱਸਿਆ ਵੀ ਕਿਸ ਪਾਰੀ ਗੱਲ ਗੱਠਜੋੜ ਕਰਨਾ, ਇਸਕਾ ਫੈਸਲਾ ਦਿੱਲੀ ਕਾਈ ਕਰੇਗੀ। ਪਰ ਕਹਾ ਵੀ ਇਸ ਮੀਟਿੰਗ ਦੇ ਵਿੱਚ ਮੈਂ ਕੋਈ ਫੈਸਲਾ ਹੋ ਹੀ ਨਹੀਂ ਸਕਿਆ। ਇਹਨਾਂ ਨੇ ਗੇਰਤੀ ਦਿੱਲੀ ਪਰ, ਔਰ ਦਿੱਲੀ ਵਾਲਿਆਂ ਨੇ ਗੇਰਤੀ ਪੰਜਾਬ ਪਰ। ਬਸ 2-3 ਦਿਨ ਦਾ ਰੌਲਾ ਜਿਹਾ ਪੈਣਾ ਵੀਰ, ਉਸ ਤੋਂ ਬਾਅਦ ਤੋਂ ਟਿਕਟ ਕਾਜਾ ਹੋ ਜਾਣਾ। ਕਿਹਨੇ ਪੁੱਛਣਾ ਕਿਹੜਾ ਗੱਠਜੋੜ ਕਿੱਥਾ ਕਿੱਥਾ ਨਹੀਂ, ਅਗਲਿਆਂ ਨੂੰ ਪਤਾ ਵੀ ਜੇ ਕੋਈ ਮਾੜੀ ਮੋਟੀ ਚੱਕ ਉੱਪਰ ਥੱਲੇ ਕਰੀ ਬਾਤ, ਬਸ ਫਿਰ ਗਿਆ ਉੱਥਾ ਦਿੱਲੀ ਮੈਂ ਚੱਕਰ ਪੈ ਸਕਾ ਨਾ ਵੀ। ਰਿਸ਼ੀ ਕਰਕਾ ਯੋ ਕੁਛ ਨਹੀਂ ਬੋਲੇ, ਕਹੇ ਚਲੋ ਠੀਕ ਹੈ ਵੀਰ
ਆਪਣੇ ਘਰਾਂ ਚਲੋ ਟਾਈਮ ਗੈਲ। ਔਰ ਉਧਰ ਬੀਬੀ ਹਰਸਿਮਰਤ ਕੌਰ ਬਾਦਲ ਦਾ ਬਿਆਨ ਵੀ ਆ ਗਿਆ ਵੀਰ। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਲਾਈ ਮੋਦੀ ਨੇ ਆਪਣੀ ਕੈਬਨਿਟ ਵਿੱਚ ਬੀਬੀ ਬਾਦਲ ਇਹ ਖੁਸ਼ੀ ਕੀ ਗੱਲ ਕਹਿ ਰਹੀ। ਕਾਂਗਰਸ ਕੱਲ ਨੂੰ ਮਤਲਬ ਅੱਜ ਲੁਧਿਆਣੇ ਦੇ ਵਿੱਚ ਮੈਂ ਆਧੁਨਿਕ ਬੁੱਚੜ ਖਾਨੇ ਦਾ ਉਦਘਾਟਨ ਕਰ ਰਹੀ, ਜਿਸ ਕੇ ਵਿੱਚ ਮੈਂ ਇਹ ਮੰਤਰਾਲੇ ਨੇ ਕਹਾ ਮਾਰੇ ਨੇ ਕਹਾ 7,93,00,000 ਰੁਪਇਆ ਗਿਣ ਕਾ ਪੂਰਾ ਟੈਚਿਆ ਪਾ ਕਾ ਇਹ ਦੀਦੀ ਗ੍ਰਾਂਟ। ਪਰ ਕਹਿ ਸਰਕਾਰ ਹਲੇ ਵੀ ਕਹਾ ਫੂਡ ਪ੍ਰੋਸੈਸਿੰਗ ਮੰਤਰਾਲਾ ਸਦਕਾ ਇਹ ਲਾਡੋ ਵਾਲ ਕੇ ਵਿੱਚ ਮੈਂ ਲਾਇਆ ਮੈਗਾ ਫੂਡ ਪਾਰਕ, ਇਸਕਾ ਉਦਘਾਟਨ ਕਰਤੇ ਪੈਰ ਖਿੱਚਰੀ ਕਹਾ ਉਦਘਾਟਨ ਨਹੀਂ ਕਰ ਰਹੇ, ਇਤਨਾ ਪੈਸਾ ਲਵਾ ਕੰਧਾ ਲਵਾ ਦੇ ਇੱਟਾਂ ਇੰਟਰੋਡੀ ਲਵਾ ਦੀ ਇਤਨੀ ਉੱਠਾ ਬੁੱਚੜ ਖਾਣੇ ਨੂੰ ਬਣਾਉਣ ਕੇ ਵਿੱਚ ਮੈਂ ਕਹਾ 19,50,00,000 ਦਾ ਖਰਚਾ ਆਇਆ ਗਾ, ਜਿਸ ਕੇ ਵਿੱਚ ਮੈਂ 7,93,00,000 ਰੁਪਇਆ ਫੂਡ ਪ੍ਰੋਸੈਸਿੰਗ ਮੰਤਰਾਲੇ ਨੇ ਦਿਆ, ਮਤਲਬ ਦਿੱਲੀ ਤੇ ਇਹ ਮੋਦੀ ਸਰਕਾਰ ਨੇ ਦਿਆ ਪ੍ਰੋਜੈਕਟ ਦਾ ਉਦਘਾਟਨ। ਇਹੋ ਪ੍ਰੋਸੈਸਿੰਗ ਇੰਡਸਟਰੀ ਔਰ ਖਪਤਕਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਹੈ ਦੂਰ ਕਰੇਗੀ ਲਾਡੋਵਾਲ ਮੈਗਾ ਫੂਡ ਪਾਰਕ ਦਾ ਉਦਘਾਟਨ ਕਹਾ। ਇਹੋ ਬੇਲੋੜੀਆਂ ਦੇਰੀਆਂ ਕਰਕੇ ਕਹਾ ਪੰਜਾਬ ਦੇ ਅੰਦਰ ਪ੍ਰੋਸੈਸਿੰਗ ਇੰਡਸਟਰੀ ਕਹਾ ਅੱਗੇ ਨਹੀਂ ਵੱਧ ਰਹੀ, ਨੌਜਵਾਨ ਕਿਸਾਨਾਂ ਨੂੰ ਕਹਾ ਨੁਕਸਾਨ ਹੋ ਰਿਹਾ, ਇਹ ਛੋਕਰਾਂ ਨੌਕਰੀਆਂ ਨਹੀਂ ਮਿਲ ਰਹੀਆਂ, ਵਿਹਲੇ ਫਿਰ ਰਹੇ ਕਹਾ ਗੇੜੇ ਖਾਂਦੇ, ਇਹੋ ਕਹਾ ਜੇ ਕਰ ਦਿੰਦੇ ਕੁਛ ਫਾਇਦਾ। ਮਤਲਬ ਕਲੈ ਕਹਿ ਲਓ ਵੀਰ ਬੀਬੀ ਬਾਦਲ ਕਹਿ ਰਹੀ ਮਹੀਨੇ ਤੋਂ ਪੈਸਾ ਦੇ ਤਿਆ, ਇਹ ਪਟਿਆਲੇ ਵਾਲਾ ਰਾਜਾ ਨੀ ਕਹਾ ਅੱਗੇ ਕਰਦਾ ਕੁਛ, ਇਸਕੇ ਉੱਪਰ ਹੀ ਦੱਸੋ ਆਪਾਂ ਕਿਆ ਕਹਿ ਸਕਾਂ, ਇਹੋ ਬਾਤ ਨਿਕਲ ਗਈ। ਔਰ ਉੱਧਰ ਬੀਬੀ ਬਾਦਲ ਦਾ ਬਿਆਨ ਨਿਕਲ ਕੇ ਆਇਆ, ਇਸਕੇ ਗੈਲ ਗੈਲ ਵੀ ਇੱਕ ਬਿਆਨ ਹੋਰ ਆ ਗਿਆ, ਵਾਹ ਬਿਆਨ ਨਿਕਲ ਕੇ ਆਇਆ ਵੀਰ। ਇਹੋ ਆਸੂ ਜਿਹੜਾ ਕਾਂਗਰਸ ਦਾ ਲੰਬੜਦਾਰ ਇਹੋ ਉੱਥਾ ਲੀਡਰ ਲੱਗ ਰਿਹਾ ਕਾਂਗਰਸ ਪਾਰਟੀ ਦੇ ਵਿੱਚ, ਇਸਕਾ ਬਿਆਨ ਨਿਕਲ ਕੇ ਆਇਆ ਆਸੂ ਕਹਿ ਰਿਹਾ ਵੀਰ ਇਹੋ ਸਾਬਕਾ ਮੰਤਰੀ ਬਿਕਰਮ ਮਜੀਠੀਆ ਇਹੋ ਇਸਨੇ ਸਰਕਾਰ ਤੇ ਕਣਕ ਵੰਡ ਪ੍ਰਣਾਲੀ ਮੈਂ ਕਥਕ ਘਪਾਲੇ ਨੂੰ ਲੈ ਕੇ ਵਿਅੰਗ ਕਸੇ। ਹਰ ਈ ਬੁੱਕ ਖੁਰਾਕ ਔਰ ਸਿਵਲ ਸਪਲਾਈ ਮੰਤਰੀ ਬਣਾਇਆ ਵਾ ਭਾਰਤ ਭੂਸ਼ਣ ਆਸੂ। ਆਸੂ ਨੇ ਅਕਾਲੀ ਦਲ ਪਰ ਲੰਬੇ ਹੱਥ ਲਏ, ਆਸੂ ਕਹਿ ਰਿਹਾ ਵੀਰ ਕੈਪਟਨ ਕੀ ਸਰਕਾਰ ਅਕਾਲੀਆਂ ਕਾ ਕਹਾ ਇਹ ਕਥਿਤ ਧਾਂਦਲੀ ਕਾ ਪਰਦਾ ਫਾਸ ਕਰਤਿਆ ਕਹਾ, ਇਹ ਜਿਹੜਾ ਆਟਾ ਦਾਲ ਯੋਜਨਾ ਬਣਾਈ ਵੀ ਤੀ ਇਹਨਾਂ ਨੇ 12% ਕਾ ਇਸ ਤਰ੍ਹਾਂ ਕੇ ਕਾਰਡ ਬਣਾ ਕੇ ਰੱਖੇ ਹੋਏ ਜਿਹੜੇ ਰੱਦ ਕਰੇ ਮਾਨੇ, ਇਹੋ ਕਹਾ ਇਹੋ ਲਗਜ਼ਰੀ ਗੱਡੀਆਂ ਕਹਾ ਇਹ ਗਰੀਬਾਂ ਦੇ ਹਿੱਸੇ ਕੇ ਆਈ ਕਣਕ ਹੜਪ ਕੇ ਖਾ ਗਏ ਕਹਾ ਪੈਸਾ ਉਹਨਾਂ ਦਾ ਗਰੀਬਾਂ ਦਾ, ਤਾਂ ਹੀ ਲਈ ਫਿਰ ਰਹੇ ਬੜੀ ਬੜੀ ਕਾਰਾਂ, ਹੈਂ ਇਹੋ ਪੈਸਾ ਕਹਾ ਇਹਨਾਂ ਨੇ ਉਹਨਾਂ ਤੱਕ ਤਾਂ ਜਾਣ ਹੀ ਨਹੀਂ ਦਿਆ। ਆਸੂ ਕਹਿ ਰਿਹਾ ਇਹੋ ਵੀਰ ਮੈਂ ਮਜੀਠੀਏ ਨੂੰ ਪੁੱਛਾਂ ਵੀ ਥੰਮ ਜਵਾਬ ਦਿਓ ਵੀ ਗਰੀਬ ਕੇ ਹਿੱਸੇ ਕੇ ਵਿੱਚ ਮੈਂ 12% ਅਨਾਜ ਜਿਹੜਾ ਆਇਆ ਉਸਕਾ ਪੈਸਾ ਕਿੱਥਾ ਗਿਆ, ਕਿਸ ਕੀ ਜੇਬ ਮੈਂ ਪਾ ਲਿਆ ਥਾਨੇ। ਪਰ ਪੱਤਰਕਾਰ ਬੈਠ ਗਏ ਘੇਰ ਕਾ, ਫਿਰ ਆਸੂ ਕਹਿ ਰਿਹਾ ਵੀਰ ਇਹ ਮਜੀਠੇ ਦੀ ਭੈਣ ਜਿਹੜੀ ਉੱਥਾ ਦਿੱਲੀ ਮਾਂ ਬੀਬੀ ਬਾਦਲ ਪੰਜਾਬ ਵਾਸੀਆਂ ਦੇ ਹੱਕਾਂ ਦੀ ਬਾਤ ਕਰਾ, ਇਹ ਦੋਗਲੀ ਨੀਤੀ ਅਪਣਾ ਰਹੀ ਕਹਾ, ਕਿਉਂ ਕਹਿ ਇਹ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਕਹਾ ਮੰਤਰੀ ਮੰਡਲ ਦਾ ਅਸਤੀਫਾ ਦੇਗਾ ਪੰਜਾਬ ਵਾਸੀਆਂ ਦਾ ਹੱਥ ਫੜ ਕਾ ਪਹਿਲ ਕਰੇ ਵੀ ਦੇਖੋ, ਇਹੋ ਮਨ ਨੇ ਕਹਾ ਕਰਿਆ ਵਿਰੋਧ ਇਸ ਬਾਤ ਕਾ, ਇਹ ਮੋਦੀ ਜਿਹੜਾ ਕਾਨੂੰਨ ਲੈ ਕੇ ਆ ਰਿਹਾ ਇਸ ਨੂੰ ਲੈ ਕੇ ਮੈਂ ਆਪਣਾ ਅਸਤੀਫਾ ਦੇ, ਪਰ ਹੈ ਹੀ ਨਹੀਂ ਕਹਾ ਬਾਦਲ ਕਹਾ ਕੇਂਦਰ ਕੇ ਵਿੱਚ ਮਾਂ ਕਹਾ ਇਹੋ ਜੀ ਐਸ ਟੀ ਕੇ ਰੂਪ ਮਾਂ ਇਹੋ ਪੰਜਾਬ ਕੇ ਹਿੱਸੇ ਨੂੰ ਇਹੋ ਰੋਕ ਲਿਆ ਕਹਾ, ਕਰੀਬ 5 ਕਰੋੜ ਰੁਪਇਆ ਕਹਾ ਵਾਪਸ ਲੈਣ ਦੇਣੇ, ਹੈ ਹੀ ਨੀ ਕਹਾ ਦਿਖਾਉਂਦੇ ਨੀ ਪੈਸੇ ਕੱਢਦੇ ਨੀ ਕਿਸੇ ਪਾਸੇ ਨੂੰ, ਇਹੋ ਥੋੜੀ ਹੋਵੇ ਕਹਾ ਬਾਦਲ ਇਹੋ ਉੱਥਾ ਬੈਠੇ ਕਹਾ ਪੰਜਾਬ ਨੂੰ ਤਾਂ ਕਿਆ ਦੇਣਾ ਕਹਾ ਜਿਹੜੇ ਦੇ ਰਹੇ ਉਹਨਾਂ ਨੂੰ ਵੀ ਰੋਕ ਰਹੇਗਾ, ਇਹੋ ਬਾਤ ਗਲਤ ਕਹਾ, ਇਹੋ ਜਿਹੜੀ ਬਾਤਾਂ ਹੋਈਆਂ
ਚਲੋ ਯੋ ਕਹਿ ਲੋ ਵੀ ਬਾਦਲ ਪਰਿਵਾਰ ਕੇ ਉੱਪਰ ਤੋਂ ਬਹੁਤ ਬਾਤਾਂ ਨਿਕਲ ਕੇ ਆਈਆਂ ਵੀਰ। ਹਰ ਉੱਧਰ ਪੰਜਾਬੀ ਗਾਇਕ ਜਿਹੜਾ ਉਹ ਸਿੱਧੂ ਮੂਸੇਵਾਲਾ ਇਹ ਲੁਧਿਆਣੇ ਗਿਆ ਤਾ ਕੱਲ ਉੱਥਾ ਹਰ ACP ਕੋਲ ਪੇਸ਼ ਹੋਇਆ, ਹਰ ਮਾਫ਼ੀ ਮੰਗ ਲਈ, ਹਰ ਕਿਹਾ ਉਸਕੇ ਖਿਲਾਫ਼ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਕਾ ਇਲਜ਼ਾਮ ਲੱਗਿਆ ਵਾ। ਸਿੱਧੂ ਕਹਿ ਰਿਹਾ ਵੀਰ ਜਿਸ ਸ਼ਿਕਾਇਤਕਰਤਾ ਨੇ ਜਿਸ ਗਾਣੇ ਕੀ ਗੱਲ ਕਰੀ ਕਹਾ ਉਹ ਤੋਂ ਨਾ ਮੈਂ ਲਿਖਿਆ ਗਾ ਨਾ ਮੈਂ ਰਿਕਾਰਡ ਕਰਿਆ, ਹਰ ਬਾ ਕਹਿ ਰਿਹਾ ਫਿਰ ਵੀ ਕਿਸੇ ਨੂੰ ਕਹਾ ਗੁੱਸਾ ਲੱਗਿਆ ਮੈਂ ਮਾਫ਼ੀ ਮੰਗਾਂ। ਹਰ ਬਾਅਦ ਮਾਂ ਸਿੱਧੂ ਇਹ ਫਿਰ ਪੱਤਰਕਾਰਾਂ ਧੱਕਾ ਮੁੱਕੀ ਹੋ ਗਈ ਵੀਰ ਪੱਤਰਕਾਰਾਂ ਗੱਲ, ਸਿੱਧੂ ਹਰ ਮਨਕੀਰਤ ਔਲਖ ਕੇ ਖਿਲਾਫ਼ ਇਹ ਲੁਧਿਆਣੇ ਕੇ ਵਿੱਚ ਮਾਂ RTI ਯੋ ਐਕਟਿਵਿਸ ਕੁਲਦੀਪ ਖੇੜੇ ਨੇ ਸ਼ਿਕਾਇਤ ਕਰੀ ਤੀ ਕਹਿ ਖੇੜੇ ਨੇ ਦੋਸ਼ ਲਾਇਆ ਕਾ ਗਾਇਕ ਯੋ ਗੀਤਾਂ ਵਿੱਚੋਂ ਹਥਿਆਰਾਂ ਨੂੰ ਪ੍ਰਮੋਟ ਕਰਾਂ, ਪੰਜਾਬ ਕਾ ਯੂਥ ਕਾ ਇਸ ਵਕਤ ਗਲਤ ਸੰਦੇਸ਼ ਜਾ ਰਿਹਾ। ਕੁਲਦੀਪ ਖੇੜ ਰਿਹਾ ਵੀਰ ਇਹਨਾਂ ਦੇ ਉੱਪਰ ਕਰੋ ਸਖ਼ਤ ਕਾਰਵਾਈ ਕਹਾ, ਜਾ ਦੀਰ ਕਰਾ ਬੰਦੂਕਾ ਗਾਣੇ ਗਾਣ ਲੱਗ ਜਾ ਨਿਆਣੇ ਡਰ ਜਾਗਾ ਬੰਦੂਕਾ ਵਾਲੇ ਗਾਣੇ ਸੁਣ ਕਾ, ਫਿਰ ਕਹਾ ਨਿਆਣੇ ਜਿਹੜੇ ਤਕੜੇ ਵਾਹ ਆਪਣੇ ਡੈਡੀ ਦੇ ਬੰਦੂਕਾਂ ਮੰਗਾ ਮਾਨੂੰ ਵੀ ਲਿਆ ਕੇ ਦਾ ਉਸ ਬੰਦੂਕਾਂ ਕਿੱਥੇ ਦੇ ਲਿਆ ਦੇ ਮਨੁੱਖਾ ਕਹਾ ਯੋ ਗਲਤ ਬਾਤ ਇਸੀ ਕਰਕੇ ਕਹਾ ਇਸ ਉੱਪਰ ਕਰੋ ਠੋਸ ਕਾਰਵਾਈ ਤਾਂ ਹੀ ਗਿਆ ਸਿੱਧੂ ਗੱਲ। ਹਰ ਵੀਰ ਅਗਲੀ ਖਬਰ ਸੁਣ ਲਿਓ ਅਮਰਗੜ੍ਹ ਤੇ ਉਹ ਚੋਣ ਹਲਕੇ ਦੇ ਕਾਂਗਰਸ ਦਾ ਵਿਧਾਇਕ ਸਰਜੀਤ ਧਮਾਨ ਕਹਿ ਰਿਹਾ ਮੈਂ ਬੇਨਤੀ ਕਰਾਂ ਸਰਕਾਰ ਯੋ ਥੰਮ ਸੰਭਲ ਜੋ ਨਹੀਂ ਯੋ 2022 ਦੇ ਵਿੱਚ ਮੈਂ ਕਾਂਗਰਸ ਕਾ ਫਿਰ ਦੇਖੇਗੀ ਕਾਲਾ ਦਾਲਾ ਬਣ ਕੇ ਆ ਰਿਹਾ। 3 ਸਾਲ ਹੋ ਗਏ ਕਹਾ ਲੋਕਾਂ ਨੂੰ ਨਾਰਾਜ਼ਗੀ ਲੱਗੀ ਹੱਥ ਹੋਰ ਕੁਛ ਨਹੀਂ ਪਿਆ ਪੱਲੇ ਲੋਕਾਂ ਦੇ ਔਰ ਇਸ ਮੁੱਦੇ ਦੇ ਉੱਪਰ ਲੋਕਾਂ ਦੇ ਹੱਥ ਖਾਲੀ ਜੇ ਕੈਪਟਨ ਨੇ ਕੁਛ ਨਾ ਕਰਿਆ ਗਾ ਫਿਰ ਨਹੀਂ ਕਹਾ ਵੋਟਾਂ ਮਿਲਦੀਆਂ, ਔਰ ਕਹਿ ਰਿਹਾ ਖਜ਼ਾਨਾ ਖਾਲੀ ਨਹੀਂ ਕਹਾ ਇਹ ਤਾਂ ਕਹਾ ਮਾਫੀਆਂ ਦੇ ਘਰ ਭਰ ਰਹੇ ਕਹਾ ਇਹ ਕਹਾ ਉਮੀਦ ਨਹੀਂ ਦੀ ਕਹਾ 1.5 ਸਾਲ ਦੇ ਵਿੱਚ ਮੈਂ ਕੁਛ ਕਰ ਲੇਂਗੇ ਕਹਾ ਯੋ ਟਾਈਮ ਤੋਂ ਰਹੇਗਾ 1.5 ਸਾਲ ਕਹਾ ਜੀ ਅੱਗਾ ਤੋਂ ਕਹਾ ਬੇ ਸਰਕਾਰ ਏ ਕਹਾ ਵੋਟਾਂ ਪੈ ਜਾਣੀਆਂ ਫਿਰ ਕਹਾ ਫਿਰ ਤਾਂ ਕਹਾ ਲੱਭਣੇ ਨਹੀਂ ਬੰਦੇ ਕਿੱਧਰ ਨੂੰ ਕਿਹੜੇ ਵੜ ਗਏ। ਇਸੀ ਕਰਕੇ ਕਹਿ ਰਿਹਾ ਵੀ ਕਰ ਲਓ ਕੁਛ ਨਹੀਂ ਫਿਰ ਕੱਲ ਨੂੰ ਫਿਰ ਤੁਹਾਨੂੰ ਬਹੁਤ ਔਖਾ ਹੋ ਜਾਏਗਾ ਯੋ ਧਮਾਨ ਕਹਿ ਰਿਹਾ ਵੀਰ। ਔਰ ਉੱਧਰ ਯੋ DSP ਅਤਲ ਸੋਨੀ ਇਸਨੇ ਉਹ ਜਿਹੜਾ ਕੰਮ ਕਰਿਆ ਆਪਣੀ ਜਨਾਨੀ ਵਾ ਕੱਢ ਲਈ ਬੰਦੂਕ ਇਸਕੇ ਉੱਪਰ ਵੀਰ ਇਵ ਕੇਸ ਐਸਾ ਬਣ ਗਿਆ ਇਹ ਉਹ ਕਹਿ ਰਹੇ ਹੋ ਵੀਰ ਕਸੂਤਾ ਫਸ ਗਿਆ ਉਹ ਬਾਡੀ ਬਿਲਡਰ ਆ ਵੀ ਵੀਰ ਪੰਜਾਬ ਪੁਲਿਸ ਕੇ ਬੁਲਾਰੇ ਨੇ ਦੱਸਿਆ ਵਿਭਾਗ ਇਹ ਸੁਧਾਰਤਮਕ ਢੰਗ ਗੱਲ ਇਸਕੀ ਵਸਤਾ ਕਰ ਰਹੀ ਕਹਾ ਵੀ ਇਸ ਤਰ੍ਹਾਂ ਕੇ ਸ਼ਿਕਾਰ ਬੰਦਿਆਂ ਦੀ ਪਛਾਣ ਕਰਕੇ ਇਹਨਾਂ ਨੂੰ ਕਹਾ ਬਾਹਰ ਕੱਢੋ ਪੁਲਿਸ ਤੇ ਕਹਾ ਜਿਹੜੇ ਇਸ ਤਰ੍ਹਾਂ ਕੰਮ ਕਰਾਂ। ਔਰ ਪੰਜਾਬ ਪੁਲਿਸ ਦਾ DSP ਅਤਲ ਸੋਨੀ ਇਰਾਦਾ ਕਤਲ ਮਾਮਲਾ ਦਰਜ ਹੋ ਗਿਆ ਉਹ ਮਾਮਲਾ ਉਸ ਜਨਾਨੀ ਨੇ ਕਰਾਇਆ ਔਰ DSP ਕਹਾ ਉਸਕੇ ਉੱਪਰ ਗੋਲੀ ਚਲਾਈ ਦੀ ਕਹਾ ਇਹ ਤੋਂ ਲੱਖ ਲੱਖ ਸ਼ੂਗਰ ਕਹਾ ਗੋਲੀ ਵੱਜੀ ਨਹੀਂ ਕਹਾ ਇਹ ਵਿੱਚ ਕੀ ਜਨਾਨੀ ਇਹ 2 ਸਾਲ ਇਨਕਾਰ ਕਰ ਰਹੀ ਕੰਨਾ ਜੀ ਕਹਾ ਇਹ ਚੜਾਈ ਨੀ ਇਹ ਚਲਾਈ ਨੀ ਪਹਿਲਾਂ ਕਿੱਥੇ ਚਲਾ ਦੀ ਪਹਿਲਾਂ ਕਹਾ ਉੱਥੇ ਮੱਛਰ ਮਾਰ ਰਿਹਾ ਤਾ ਇਹ ਕਰੀ ਚਲਾਈ ਨੀ ਬਿਆਨ ਬਦਲ ਗਈ ਵੀ ਵੀਰ 8 ਵਜੇ ਥਾਣੇ ਮੈਂ ਸ਼ਿਕਾਇਤ ਕਰਾਈ ਯਾਰ ਸ਼ਿਕਾਇਤ ਮਿਲਦੇ ਪੁਲਿਸ ਵਾਲੇ ਆ ਗਏ ਉੱਥੇ ਸੋਨੀ ਚੱਕਣ ICP IPC ਧਾਰਾ 307 ਕਾ ਆਰਮਰ ਐਕਟ ਕਾ ਮਾਮਲਾ ਦਰਜ ਹੋ ਗਿਆ ਇਹ ਤਬਦੀਸ਼ ਮੈਂ ਖੁਲਾਸਾ ਹੋਇਆ ਵੀ ਅਤਲ ਸੋਨੀ ਸਰਵੇ ਸਰਬਾਲ ਨੀ ਕੋਈ ਹੋਰ ਬੰਦੂਕ ਚੱਕੀ ਫਿਰ ਰਿਹਾ ਗਾ ਜਿਹੜੀ ਦੈਵੀ ਗੌਰਮੈਂਟ ਨੇ ਵਾਹ ਤਾਂ ਚਲਾਈ ਨਹੀਂ ਇਹ ਤਾਂ ਹੋਰ ਲਈ ਫਿਰ ਰਿਹਾ ਤਾ ਕੋਈ ਊਸ਼ਮਾ ਤੇ ਕੱਢਤੀ ਗੋਲੀ ਖਾ ਤਾਂ ਹੀ ਚੱਕਰ ਪੈ ਗਿਆ ਸਾਰਾ ਇਹ ਕਹਾ ਬੰਦੂਕ ਹੀ ਉਹ ਕਿੱਥੇ ਲਿਆ ਤਾ ਇਹ ਇਸੀ ਕਰਕੇ ਵੀ ਉਹ ਬਾਡੀ ਬਿਲਡਰ ਗਿਆ ਫਸ ਇਹ ਦੇਖੋ ਅੱਗੇ ਕਿਆ ਬਣਾ ਇਹ ਵੀ ਰੱਜ ਗਿਆ ਬੜੀਆਂ ਖਬਰਾਂ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਹਮਾਰੇ ਚੈਨਲ ਆਜ ਨਿਊਜ਼ ਵਾਲੇ ਕੇ ਉੱਪਰ ਹੋ ਬਣਕਾ ਇਸੀ ਤਰ੍ਹਾਂ ਰੋਜ਼ ਤੁਹਾਡੇ ਪਾ ਬਾਤਾਂ ਸੁਣਾਏ ਕਰਾਂਗੇ ਔਰ ਦਿੱਲੀ ਦੇ ਵਿੱਚ ਮੈਂ ਮੋਦੀ ਕਰਨ ਖਾਤਰ ਇਹ BJP ਵਾਲਿਆਂ ਦਾ ਟੈਂਪੂ ਭਰ ਕੇ ਪਹੁੰਚ ਗਿਆ ਦਿੱਲੀ ਔਰ ਅਕਾਲੀਆਂ ਨੂੰ ਘਰਾਂ ਭੇਜ ਤਿਆ ਉੱਥਾ ਅਕਾਲੀਆਂ ਨੂੰ ਫਿਰ ਦਿੱਲੀ ਮੈਂ ਐਤਕੀ ਕੁਛ ਨਹੀਂ ਲੱਭਣਾ
ਯੋ ਬਿਰਾਜੀਆਂ ਖਬੜਾਂ, ਕੱਲ ਨੂੰ ਖਬਰਾਂ ਫੇਰ ਲੈ ਕੇ ਆਵਾਂਗਾ ਸਾਰਿਆਂ ਨੂੰ ਪੈਰ ਪੈ, ਸਤਿ ਸ਼੍ਰੀ ਅਕਾਲ।